ਉਹ ਸਾਰੀ ਮਿਹਨਤ ਕਿੱਥੇ ਜਾਊਗੀ ਫਿਰ? ਤੇ ਸੀਰਤ ਬਾਰੇ ਵੀ ਤਾਂ ਸੋਚਣਾ ਹੀ ਆ, ਉਹਦਾ ਧਿਆਨ ਕਿੰਨਾ ਰੱਖਣਾ। ਮੰਮੀ ਹੁਣ ਮੈਂ ਵੀ ਕੀ ਕਰਾਂ, ਮੈਂ ਵੀ ਤਾਂ ਦਫ਼ਤਰੇ ਬੈਠਾ ਹਾਂ। ਇਹ ਬਸ ਦੀਦੀ ਤੁਸੀਂ ਵੇਖੀ ਜਾਇਓ ਹੁਣ ਮੰਮੀ ਕਿੱਦਾਂ ਬਦਲਦੇ ਆ। ਕਿੱਡੀ ਇਹਨਾਂ ਦੀ ਸਲਾਹ ਹੋਈ ਆ, ਕਿੱਡੀਆਂ ਇਕੱਠੀਆਂ ਕੰਮ ਕਰਨ ਡੀਆਂ ਆ। ਮੇਰੀ ਤਾਂ ਕੋਈ ਪੁੱਛ ਗਿੱਛ ਹੀ ਨਹੀਂ ਆ ਵੀ ਮੰਮੀ ਕੀ ਬਣਾਉਣਾ ਆ, ਕੀ ਕਰਨਾ ਕੀ ਨਹੀਂ ਕਰਨਾ। ਹੱਦ ਹੀ ਹੋਈ ਆ ਕਿਤੇ ਇਹਨਾਂ ਵਾਲੀ ਤਾਂ। ਦੀਦੀ ਹੁਣ ਕੰਮ ਕਿੰਨੀ ਛੇਤੀ ਹੋ ਜਾਂਦਾ ਨਾ, ਮੈਂ ਵੀ ਘਰੇ ਰਹਿੰਦੀ ਤਾਂ ਤੁਸੀਂ ਮੇਰੀ ਹੈਲਪ ਕਰਾ ਦਿੰਦੇ ਜੇ। ਕੱਲ੍ਹ ਨੂੰ ਜਦੋਂ ਤੁਹਾਡਾ ਵਿਆਹ ਹੋ ਗਿਆ ਤਾਂ ਸੀਰਤ ਨੇ ਹੀ ਵੱਡੀ ਹੋ ਕੇ ਸਕੂਲ ਚੱਲ ਜਾ ਕਰਨਾ, ਫਿਰ ਮੈਨੂੰ ਸਾਰਾ ਕੰਮ ਨਾ ਆਪੇ ਇਕੱਲੀ ਨੂੰ ਕਰਨਾ ਪੈਣਾ। ਹਾਂਜੀ ਹਾਂਜੀ ਭਾਬੀ ਜੀ, ਇਹ ਤਾਂ ਗੱਲ ਹੈਗੀ ਆ। ਅਤੇ ਮੰਮੀ ਮੰਮੀ ਨੇ ਤੁਹਾਡੇ ਨਾਲ ਕੋਈ ਕੰਮ ਕਰਾਉਣਾ ਹੀ ਨਹੀਂ ਹੈਗਾ, ਉਹ ਤਾਂ ਮੈਨੂੰ ਪੱਕਾ ਪਤਾ। ਨਹੀਂ ਦੀਦੀ, ਕੀ ਤਾਂ ਮੰਮੀ ਬਦਲ ਹੀ ਜਾਣ, ਹੌਲੀ ਹੌਲੀ ਬੰਦੇ ਦੇ ਸੁਭਾਅ 'ਚ ਫਰਕ ਪਏਗਾ, ਹੁਣ ਇੱਕੋ ਵਾਰੀ ਕਿੱਦਾਂ ਬਦਲ ਸਕਦੇ ਮੰਮੀ। ਆਹੋ ਚੱਲ ਭਾਬੀ, ਇਹ ਤਾਂ ਗੱਲ ਤੇਰੀ ਸਹੀ ਹੈ, ਮੈਂ ਤਾਂ ਆਪ ਕਹਿੰਦੀ ਮੰਮੀ ਸਹੀ ਹੋ ਜਾਣ। ਹਾਂਜੀ ਚਲੋ। ਚਲੋ ਦੀਦੀ ਹੋ ਹੀ ਗਿਆ ਸਾਰਾ ਕੰਮ। ਸੰਦੀਪ ਚੱਲਿਆ ਫਿਰ ਮੈਂ? ਚਲੋ ਠੀਕ ਹੈ, ਤਾਂ ਦੁਪਹਿਰ ਨੂੰ ਆਓਗੇ ਨਾ ਰੋਟੀ ਖਾਣ? ਹਾਂ ਹਾਂ ਆਊਂਗਾ। ਠੀਕ ਹੈ। ਓ ਸੱਚ, ਮੇਰੀ ਗੱਲ ਸੁਣੀ ਇੱਕ ਮਿੰਟ। ਹਾਂਜੀ। ਉਹ ਜਿਹੜਾ ਤੂੰ ਇਗਜ਼ਾਮ ਜਿਹਾ ਭਰਿਆ ਸੀਗਾ, ਅਤੇ ਉਹ ਭਲਾ ਕਦੋਂ ਉਹਦੀ ਡੇਟ ਆ? ਉਹਦੀ ਡੇਟ ਤਾਂ ਐਸੇ ਸੰਡੇ ਹੀ ਆ। ਅੱਛਾ ਅੱਛਾ, ਅਤੇ ਸੈਂਟਰ ਕਿਹੜਾ ਆਇਆ ਐਤਕੀ? ਸੈਂਟਰ ਤਾਂ ਅੰਮ੍ਰਿਤਸਰ ਹੀ ਆਇਆ ਵਾ, ਪਰ ਮੈਂ ਨਾ ਟੈਸਟ ਦੇਣ ਨਹੀਂ ਜਾਣਾ। ਟੈਸਟ ਦੇਣ ਨਹੀਂ ਜਾਣਾ ਕਿਉਂ? ਇੰਨੇ ਚਿਰ ਦੀ ਯਾਰ ਤੂੰ ਤਿਆਰੀ ਕਰਨ ਡੀ, ਮੈਂ ਗੌਰਮੈਂਟ ਜੋਬ ਲੈਣੀ ਗੌਰਮੈਂਟ ਜੋਬ ਲੈਣੀ ਆ, ਅਤੇ ਹੁਣ ਕੀ ਹੋ ਗਿਆ ਇਕਦਮ? ਹੁਣ ਤੁਸੀਂ ਵੀ ਜੋਬ 'ਤੇ ਚੱਲ ਜਾਂਦੇ ਜੇ, ਅਤੇ ਦੀਦੀ ਵੀ ਇੰਟਰਵਿਊ ਦੇ ਕੇ ਆਏ ਗਏ, ਜੇ ਉਹਨਾਂ ਦੀ ਵੀ ਜੋਬ ਲੱਗ ਗਈ ਤਾਂ ਮੈਂ ਵੀ ਫਿਰ ਜੋਬ 'ਤੇ ਚੱਲ ਜਾ ਕਰਨਾ, ਫਿਰ ਸੀਰਤ ਮੰਮੀ ਕੋਲ ਰਿਹਾ ਕਰੇਗੀ। ਅਤੇ ਯਾਰ ਫਿਰ ਕੀ ਹੈ, ਮੰਮੀ ਕੋਲ ਰਿਹਾ ਕਰੂਗੀ ਅਤੇ ਮੰਮੀ ਸੰਭਾਲ ਲੈਣਗੇ ਸੀਰਤ ਨੂੰ। ਅਤੇ ਜਿੰਦਾ ਤੁਹਾਨੂੰ ਵੀ ਪਤਾ ਵਾ ਕਿ ਮੰਮੀ ਸੀਰਤ ਨੂੰ ਚੰਗੀ ਤਰ੍ਹਾਂ ਵੇਖਦੇ ਤੱਕ ਨਹੀਂ ਆ, ਤਾਂ ਧਿਆਨ ਕਿੱਥੇ ਰੱਖ ਲੈਣਗੇ ਉਹਦਾ। ਕੀ ਕਰਨਾ ਫਿਰ? ਮੈਂ ਸੋਚਣ ਦੀ ਕਿ ਮੈਂ ਨਾ ਹੀ ਜਾਵਾਂ ਟੈਸਟ ਦੇਣ, ਮੈਂ ਲੈ ਲਿਆ ਫੈਸਲਾ ਹੁਣ ਮੈਂ ਘਰੇ ਰਿਹਾ ਕਰਨਾ। ਯਾਰ ਇਹ ਕੀ ਗੱਲ ਹੋਈ ਟੈਸਟ ਦੇਣ ਨਹੀਂ ਜਾਣਾ, ਕਿੰਨੇ ਚਿਰ ਦੀ ਤੂੰ ਤਿਆਰੀ ਕਰਨ ਡੀ ਆ, ਉਹ ਸਾਰੀ ਮਿਹਨਤ ਕਿੱਥੇ ਜਾਊਗੀ ਫਿਰ? ਤੇ ਸੀਰਤ ਬਾਰੇ ਵੀ ਤਾਂ ਸੋਚਣਾ ਹੀ ਆ, ਉਹਦਾ ਧਿਆਨ ਕਿੰਨਾ ਰੱਖਣਾ।
ਮੈਂ ਫੈਸਲਾ ਕਰ ਲਿਆ ਕਿ ਮੈਂ ਕੋਈ ਜੋਬ ਨਹੀਂ ਕਰਨੀ ਤੇ ਘਰੇ ਰਵਾਂਗੇ। ਕੀ ਕਰਾਂ ਯਾਰ ਮੈਂ, ਉਹ ਸਿਆਣੇ ਸਹੀ ਕਹਿੰਦੇ ਆ ਕਿ ਜੇ ਇੱਕ ਸੇਬ ਖਰਾਬ ਹੋਏ ਨਾ ਸਾਰੀ ਪੇਟੀ ਨੂੰ ਖਰਾਬ ਕਰ ਦਿੰਦਾ ਹੈ। ਚੱਲ ਸਿਮਰ ਦਾ ਹੀ ਫਰਕ ਪੈ ਗਿਆ, ਸਿੰਮੀ ਦੇ ਸੁਭਾਅ ਦਾ ਹੀ ਫਰਕ ਪੈ ਗਿਆ, ਮੈਂ ਵੀ ਥੋੜ੍ਹਾ ਬਹੁਤਾ ਚੇਂਜ ਹੋ ਗਿਆ। ਪਰ ਮੰਮੀ ਨੂੰ ਕੌਣ ਸਮਝਾਏ, ਸਾਰਿਆਂ ਨੇ ਜ਼ੋਰ ਲਾ ਲਾ ਕੇ ਵੇਖ ਲਿਆ। ਹੁਣ ਸਵੇਰੇ ਸਵੇਰੇ ਕੰਮ 'ਤੇ ਚੱਲਿਆ, ਉੱਠਦਿਆਂ ਸਾਰੀ ਦਿਮਾਗ ਖਰਾਬ। ਜਦੋਂ ਘਰ 'ਚ ਹੀ ਕਲੇਸ਼ ਰਹਿਣਾ ਤਾਂ ਕੰਮ 'ਤੇ ਵੀ ਕਿੱਥੇ ਜੀ ਲੱਗਣਾ ਹੈ। ਗੁਰਬਾਣੀ ਵਿੱਚ ਵੀ ਤਾਂ ਲਿਖਿਆ ਆ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜੇ ਘਰੋਂ ਬੰਦਾ ਸੁਖੀ ਹੋਊਗਾ ਤਾਂ ਹੀ ਬਾਹਰ ਸੁੱਖ ਪਾਊਗਾ। ਸਾਡੇ ਤਾਂ ਘਰ 'ਚ ਕੁਛ ਨਾ ਕੁਛ ਚੱਲਦਾ ਰਹਿੰਦਾ ਹੈ। ਭਾਬੀ ਹਾਂਜੀ, ਨਹੀਂ ਭਲਾ ਤੁਸੀਂ ਐਗਜ਼ਾਮ ਦੇਣ ਕਿਉਂ ਨਹੀਂ ਜਾਣਾ? ਲੋਕ ਸਗੋਂ ਕਹਿੰਦੇ ਨੇ ਵੀ ਸਾਨੂੰ ਕਿਤੇ ਗੌਰਮੈਂਟ ਜੋਬ ਮਿਲੇ, ਅਤੇ ਤੁਹਾਨੂੰ ਮਿਲਣ ਲੱਗੀ ਹੈ ਤਾਂ ਤੁਸੀਂ ਨਾ ਕਰਨ ਡਏ ਹੋ। ਦੀਦੀ ਜੇ ਮੇਰੀ ਗੌਰਮੈਂਟ ਜੋਬ ਲੱਗ ਗਈ ਨਾ ਤਾਂ ਸੀਰਤ ਦਾ ਧਿਆਨ ਕੌਣ ਰੱਖੇਗਾ? ਗਾਂ ਗਾਣਾ ਤੁਸੀਂ ਸੀਰਤ ਬਾਰੇ ਵੀ ਸੋਚੋ, ਅਤੇ ਨਾਲੇ ਪੈਸੇ ਦੀ ਵੀ ਲੋੜ ਪੈਣੀ ਹੈ। ਦੀਦੀ ਪੈਸਾ ਤਾਂ ਨਹੀਂ ਨਾ ਸਾਰਾ ਕੁਝ ਹੁੰਦਾ, ਜੇ ਹੁਣ ਮੈਂ ਪੈਸੇ ਬਾਰੇ ਸੋਚ ਕੇ ਟੈਸਟ ਦੇ ਦਾਂ ਅਤੇ ਜੋਬ ਕਰਨੀ ਸਟਾਰਟ ਕਰਦਾ ਤਾਂ ਤੁਹਾਨੂੰ ਵੀ ਪਤਾ ਕਿ ਮੰਮੀ ਕਿੰਨਾ ਕੁ ਧਿਆਨ ਰੱਖਦੇ ਆ। ਨਾਲੇ ਹੁਣ ਤੁਸੀਂ ਕੱਲ੍ਹ ਵੀ ਤਾਂ ਦੇ ਕੇ ਹੈਗੇ ਇੰਟਰਵਿਊ, ਕਿ ਤਾਂ ਤੁਹਾਨੂੰ ਜੋਬ ਮਿਲ ਜੇ ਤਾਂ ਫਿਰ ਤੁਸੀਂ ਵੀ ਚੱਲ ਜਾ ਕਰਨਾ, ਤਜਿੰਦਰ ਵੀ ਜਾਂਦੇ ਆ ਤਾਂ ਘਰ ਕੌਣ ਰਹੇਗਾ ਸੀਰਤ ਲਾਗੇ? ਮੈਂ ਚੰਗਾ ਕਿਤੇ ISA ਦਾ ਐਗਜ਼ਾਮ ਦੇ ਕੇ ਆਈ ਹਾਂ, ਹੈ ਤਾਂ ਇੱਕ ਪ੍ਰਾਈਵੇਟ ਨੌਕਰੀ ਹੈ ਨਾ, ਉਹਨਾਂ ਨੇ ਕੀ ਦੇਣਾ ਵਾ, ਆ ਜਾ ਕੇ 7-8 ਹਜ਼ਾਰ ਰੁਪਇਆ ਦੇਣਾ, ਅਤੇ ਮੈਂ ਨਹੀਂ ਕਰਨੀ ਕੁਰਨੀ ਇਹ ਨੌਕਰੀ। ਠੀਕ ਆ, ਤੁਸੀਂ ਇਹ ਨਾ ਫਿਕਰ ਕਰੋ, ਤੁਸੀਂ ਆਪਣਾ ਐਗਜ਼ਾਮ ਦਿਓ, ਮੈਂ ਸੀਰਤ ਨੂੰ ਆਪੇ ਸੰਭਾਲ ਲਵਾਂਗੀ। ਨਾਲੇ ਇੰਨੇ ਰਿਸ਼ਤੇ ਆਉਂਦੇ ਨੇ ਅਤੇ ਵਿਆਹ ਦੀ ਵੀ ਕਿਤੇ ਗੱਲ ਨਹੀਂ ਬਣਦੀ ਪਈ, ਨਾ ਹੀ ਮੈਂ ਵਿਆਹ ਵੀ ਕਰਾਉਣਾ। ਜੇ ਤੁਸੀਂ ਜਾਣਾ ਹੀ ਜਾਣਾ ਐਗਜ਼ਾਮ ਦੇਣ, ਜੇ ਤੁਸੀਂ ਨਾਣਾ ਗਏ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ। ਚਲੋ ਠੀਕ ਹੈ ਦੀਦੀ। ਸੰਦੀਪ ਆ ਕੁੜੀ ਜੀ ਨੂੰ ਆਪਣੀ ਉਧਰ ਫੜ ਕੇ ਲੈ ਜਾ, ਚੱਜ ਨਾਲ ਕੁਛ ਖਾਣ ਵੀ ਨਹੀਂ ਦਿੰਦੀ, ਛੱਡ ਦਿੰਦੀ ਇੱਧਰ ਮੇਰੇ ਵੱਲ।
ਚਲੋ ਇੱਥੇ ਬੈਠ ਕੇ ਖਾਈਏ ਆਪਾਂ ਚੀਜ਼ੀ, ਆਪਾਂ ਕਿਸੇ ਨੂੰ ਨਹੀਂ ਦੇਣੀ ਚੀਜ਼ੀ, ਠੀਕ ਆ? ਓਪਨ ਕਰਦਾ, ਕਿੰਨਾ ਰੋਈ ਮੇਰੀ ਧੀ, ਲੋ ਓਪਨ ਕਰਦਾ, ਓਪਨ ਕਰਦੀ ਨਹੀਂ ਮੈਂ, ਹੁਣ ਆਪਾਂ ਚੀਜ਼ੀ ਖਾਈਏ। ਸੀਰਤ ਕਿੰਨਾ ਮਾਰਿਆ ਸੀ, ਕਿੰਨਾ ਕੁੱਟਿਆ ਮੇਰੀ ਸੋਨੀ ਨੂੰ? ਮੈਂ ਓਪਨ ਕਰਦਾ ਕੈਂਡੀ, ਲੋ ਮੈਂ ਓਪਨ ਕਰ ਦਿੰਦੀ ਹਾਂ, ਯੇ ਆਪਾਂ ਕੈਂਡੀ ਖਾਂਦੇ ਹਾਂ, ਠੀਕ ਹੈ? ਹੈਲੋ, ਹੈਲੋ, ਚਲੋ ਹੁਣ ਪਲੇ ਕਰੀਏ। ਕੀ ਕੀ ਆ? ਕੈਂਡੀ ਆ, ਨੀ ਕੁੜੀਓ ਗੇਟ ਬੰਦ ਕਰ ਲੋ, ਮੈਂ ਆਉਂਦੀ ਮਾੜਾ ਜਿਹਾ ਦੁਕਾਨ ਤੋਂ ਹੋ ਕੇ। ਭਾਬੀ ਜੀ, ਹਾਂਜੀ, ਤੁਸੀਂ ਨਾ ਮੰਮੀ ਦੀ ਗੱਲ ਦਾ ਗੁੱਸਾ ਨਾ ਕਰਿਆ ਕਰੋ। ਦੀਦੀ, ਜਦੋਂ ਗੱਲ ਹੀ ਗੁੱਸੇ ਵਾਲੀ ਕਰਦੇ ਤਾਂ ਫਿਰ ਗੁੱਸਾ ਤਾਂ ਲੱਗਣਾ ਹੀ ਆ। ਹੁਣ ਤੁਹਾਨੂੰ ਵੀ ਪਤਾ, ਸੀਰਤ ਨੂੰ ਕੀ ਕਹਿ ਸਕਦੇ ਆਪਾਂ, ਅੱਜ ਤਾਂ ਅਜੇ ਛੋਟੀ ਆ ਉਹ, ਕੱਲ੍ਹ ਨੂੰ ਵੱਡੀ ਹੋ ਕੇ ਪੁੱਛੇਗੀ ਕਿ ਦਾਦੀ ਮੇਰੇ ਨਾਲ ਇੱਦਾਂ ਕਿਉਂ ਨਫ਼ਰਤ ਕਰਦੇ ਆ, ਅਤੇ ਕੀ ਕਹਾਂਗੇ ਆਪਾਂ ਉਹਨੂੰ? ਉਹਦੀ ਗਰੋਥ 'ਤੇ ਤਾਂ ਅਸਰ ਪੈਣ ਨਹੀਂ ਦਿਆ ਨਾ ਹੁਣ। ਅਤੇ ਭਾਬੀ, ਫਿਰ ਹੁਣ ਅਸੀਂ ਕਰ ਵੀ ਕੀ ਸਕਦੇ ਹਾਂ? ਦੀਦੀ, ਮੈਨੂੰ ਲੱਗ ਗਈ ਸਮਝ, ਕੀ ਕਰ ਸਕਦੇ ਆਪਾਂ? ਤੁਸੀਂ ਉਹ ਕਹਾਵਤ ਤਾਂ ਸੁਣੀ ਹੀ ਨਹੀਂ ਆ, ਜੈਸੇ ਕੋ ਤੈਸਾ, ਅਤੇ ਮੈਂ ਹੁਣ ਇੱਦਾਂ ਹੀ ਕਰਨਾ। ਕੀ ਭਾਬੀ, ਮੈਂ ਕੁਛ ਸਮਝੀ ਨਹੀਂ। ਇਹ ਬਸ ਦੀਦੀ, ਤੁਸੀਂ ਵੇਖੀ ਜਾਇਓ ਹੁਣ ਮੰਮੀ ਕਿੱਦਾਂ ਬਦਲਦੇ ਆ। ਸੀਰਤ, ਹਾਏ ਹਾਏ, ਗਰਮੀ ਕਿੰਨੀ ਹੋ ਗਈ ਆ, ਹੁਣ ਤਾਂ ਕਿਤੇ ਤੁਰਨਾ ਵੀ ਔਖਾ ਹੋਇਆ ਧੁੱਪ 'ਚ। ਸਿੰਮੀ, ਜਾਂ ਪਾਣੀ ਦਾ ਗਲਾਸ ਲਿਆ, ਬਾਹਰ ਤਾਂ ਕਿਤੇ ਗਰਮੀ ਬੜੀ ਆ ਅਤੇ ਧੁੱਪ ਹੀ ਬੜੀ ਸੜੀ ਪੈਣ ਡਈ ਆ, ਤੁਰਨਾ ਹੀ ਔਖਾ ਹੋਇਆ ਕਿਤੇ।
ਜਾਂ ਮੈਨੂੰ ਰੋਟੀ ਵੀ ਲਿਆ ਦੇ, ਭੁੱਖ ਬੜੀ ਲੱਗੀ ਹੁਣ। ਮੰਮੀ ਜੀ ਰੋਟੀ ਤਾਂ ਹੈਨੀ ਆ, ਆਪਾਂ ਦੋਵਾਂ ਨੇ ਤਾਂ ਖਾ ਲਈ ਰੋਟੀ, ਤੁਹਾਡੇ ਵਾਸਤੇ ਨਾ ਆਟਾ ਗੁੰਨਣਾ ਪੈਣਾ ਸੀ ਫਿਰ। ਤੇ ਗੁੰਨੋ ਫਿਰ ਆਟਾ, ਗੁੰਨਣਾ ਪੈਣਾ ਆਟਾ ਤੁਹਾਨੂੰ। ਮੰਮੀ ਤੁਸੀਂ ਇੱਦਾਂ ਕਰੋ, ਆਟਾ ਗੁੰਨ ਕੇ ਨਾ ਅਤੇ ਆਪਣੀ ਰੋਟੀ ਲਾ ਕੇ ਖਾ ਲਓ। ਕਿਉਂ, ਅੱਗੇ ਮੈਂ ਬਣਾਉਣੀ ਹੋਣੀ ਰੋਟੀਆਂ। ਮੰਮੀ ਜੀ ਦੀਦੀ ਸਹੀ ਕਹਿੰਦੇ, ਆਪਣੀ ਰੋਟੀ ਬਣਾ ਕੇ ਖਾ ਲਓ ਆਪੇ, ਅਸੀਂ ਸਿਰਨ ਨੂੰ ਜਾਣਾ ਇੰਜੈਕਸ਼ਨ ਲਵਾਉਣ, ਉਹ ਫਿਰ ਟਾਈਮ ਹੋਣ ਦਿਆ ਉਹਦਾ। ਕੀ ਕਹਿਣ ਡੀ ਹੈ ਭਾਬੀ? ਸਹੀ ਤਾਂ ਕਹਿਣ ਡੀ ਹੈ, ਤੁਸੀਂ ਲਾ ਲਓ ਆਪਣੀ ਰੋਟੀ ਅਤੇ ਖਾ ਲਓ, ਅਸੀਂ ਜਾਣਾ ਸਿਰੇ ਦੇ ਇੰਜੈਕਸ਼ਨ ਲਵਾਉਣ, ਤੁਹਾਨੂੰ ਪਤਾ 11 ਵਜੇ ਤੱਕ ਹੀ ਫਿਰ ਡਾਕਟਰ ਨੇ ਬਹਿਣਾ ਵਾ। ਨਾਲੇ ਜੇ ਅੱਜ ਮਿਸ ਹੋ ਗਿਆ ਨਾ ਫਿਰ ਅਗਲੇ ਹਫ਼ਤੇ ਜਾ ਕੇ ਲੱਗਣਾ ਵਾ। ਮੈਨੂੰ ਰੋਟੀ ਲਾ ਕੇ ਦਿਓ। ਅੱਛਾ, ਫਿਰ ਅਸੀਂ ਉਹਨੂੰ ਇੰਜੈਕਸ਼ਨ ਲਵਾਉਣਾ ਰਹਿਣ ਦੀਏ, ਜੇ ਆਪਾਂ ਤੁਹਾਨੂੰ ਰੋਟੀ ਲਾ ਕੇ ਦੇਣ ਲੱਗ ਗਏ ਤਾਂ ਆਪਾਂ ਕਿੰਨੀ ਲੇਟ ਹੋ ਜਾਣਾ ਵਾ। ਦੀਦੀ ਮੈਨੂੰ ਲੱਗਦਾ ਉਸ ਮੈਡਮ ਦਾ ਫਿਰ ਫੋਨ ਆਉਂਦਿਆ, ਤਾਂ ਚੱਲੀਏ ਫਿਰ ਆਪਾਂ, ਲੇਟ ਹੋ ਜਾਣਾ। ਚਲੋ ਭਾਬੀ। ਦੀਦੀ ਥੈਂਕ ਯੂ, ਤੁਹਾਡਾ ਤੁਸੀਂ ਮੇਰਾ ਸਾਥ ਦੇ ਤਾ, ਜੇ ਤੁਸੀਂ ਨਾ ਹੁੰਦੇ ਤਾਂ ਮੈਂ ਇਹ ਗੱਲ ਕਿੱਦਾਂ ਕਹਿਣੀ ਸੀ ਮੰਮੀ ਨੂੰ। ਭਾਬੀ ਤੂੰ ਨਾ ਬਿਲਕੁਲ ਸਹੀ ਕੀਤਾ ਵਾ, ਭਾਵੇਂ ਹੈ ਤਾਂ ਉਹ ਮੇਰੀ ਮਾਂ ਹੀ ਹੈ ਨਾ, ਪਰ ਮੈਨੂੰ ਲੱਗਦਾ ਵਾ ਕਿ ਸਾਨੂੰ ਸਹੀ ਦਾ ਸਾਥ ਦੇਣਾ ਚਾਹੀਦਾ, ਪਰ ਮੈਨੂੰ ਲੱਗਦਾ ਹੁਣ ਇੱਥੇ ਨਾ ਤੁਸੀਂ ਸਹੀ ਹੋ, ਇਸ ਕਰਕੇ ਮੈਂ ਤੁਹਾਡਾ ਹੀ ਸਾਥ ਦਿੱਤਾ। ਕੋਈ ਨਹੀਂ, ਤੁਸੀਂ ਫਿਕਰ ਨਾ ਕਰੋ, ਮੰਮੀ ਨੇ ਵੀ ਨਾ ਆਪਣੇ ਆਪ ਹੀ ਸੁਧਰ ਜਾਣਾ। ਦੀਦੀ ਬਸ ਆਪਣਾ ਸਾਥ ਨਾ ਇੱਦਾਂ ਦੇਈ ਜਾਇਓ ਮੈਨੂੰ। ਠੀਕ ਆ ਭਾਬੀ, ਚੱਲੀਏ ਫਿਰ ਆਪਾਂ। ਚਲੋ ਲਾਉਣੀ ਆ ਨਾ ਮੁੰਡੇ ਨੂੰ ਫੋਨ। ਹੈਲੋ। ਹਾਂਜੀ ਮੰਮੀ। ਆਪਣੀ ਘਰ ਵਾਲੀ ਨੂੰ ਸਮਝਾ ਲਾ। ਕਿਉਂ, ਕੀ ਹੋਇਆ? ਇਹਨੇ ਵੇਖ ਲਾ ਅੱਜ ਕੀ ਲੱਛਣ ਕੀਤੇ ਆ, ਮੈਨੂੰ ਰੋਟੀ ਨਹੀਂ ਲਾ ਕੇ ਦਿੱਤੀ। ਅੱਛਾ, ਕਿਉਂ? ਇਹ ਮੈਨੂੰ ਨਹੀਂ ਪਤਾ ਵੀ ਕਿਉਂ ਨਹੀਂ, ਹੁਣ ਮੈਂ ਰੋਟੀਆਂ ਲਾ ਲਾ ਕੇ ਤੇ ਆਪ ਖਾਣੀਆਂ ਆ। ਮੈਨੂੰ ਆਂਦੀ ਆਟਾ ਗੁੰਨਣ ਵਾਲਾ ਆ, ਵੀ ਦੱਸ ਮੈਂ ਆਟਾ ਗੁੰਨ ਕੇ ਦੇਣਾ ਇਹਨਾਂ ਨੂੰ। ਮੰਮੀ ਹੁਣ ਮੈਂ ਵੀ ਕੀ ਕਰਾਂ, ਮੈਂ ਵੀ ਤਾਂ ਦਫ਼ਤਰੇ ਬੈਠਾ ਆ। ਆਹੋ ਤੂੰ ਕਰਨਾ ਕੀ ਆ, ਹੁਣ ਮੈਂ ਆਪਣੇ ਕੰਮ ਆਪ ਕਰਿਆ ਕਰੂੰਗੀ, ਹੈਨਾ। ਚਲੋ ਠੀਕ ਆ, ਘਰ ਆ ਕੇ ਵੇਖਦਾ। ਤਜਿੰਦਰ ਕੀ ਗੱਲ ਹੋਈ ਆ, ਪ੍ਰੋਬਲਮ ਘਰੇ ਕੋਈ? ਨਹੀਂ ਨਹੀਂ ਯਾਰ, ਬਸ ਵੈਸੇ ਹੀ। ਫਿਰ ਵੀ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਆ? ਯਾਰ ਟੈਨਸ਼ਨ ਵਾਲੀ ਗੱਲ ਕੀ ਹੋਣੀ ਆ, ਉਹੀ ਘਰ ਦੀਆਂ ਨਿਕਲੀਆਂ ਮੋਟੀਆਂ ਗੱਲਾਂ। ਦੁਖੀ ਹੋ ਗਿਆ ਮੈਂ ਤੇ। ਚਲ ਕੋਈ ਨਹੀਂ, ਹੋ ਜੂਗਾ ਆਪੇ ਸਭ ਠੀਕ। ਫੜਾਣੀ ਇੱਧਰ, ਉੱਥੇ ਰੱਖ, ਸਾਰਾ ਤੋੜ ਕੇ ਤਾਂ ਰੱਖ ਦਿੱਤਾ, ਫੜਾ ਫੜਾ ਦੇ, ਤੇਰੀ ਮਾਂ ਨੇ ਤਾਂ ਕਿਤੇ ਤੈਨੂੰ ਅਕਲ ਨਹੀਂ ਸਿਖਾਈ, ਭੱਜ ਜਾ। ਮਾਂ ਨੇ ਕਿਤੇ ਅਕਲ ਨਹੀਂ ਸਿਖਾਈ। ਆ ਜਾ ਡਾਕਟਰ ਕੋਲ ਚੱਲੀਏ, ਸਲੀਪਰ ਨਹੀਂ ਪਏ, ਲੈ ਪਾਈਏ ਜਲਦੀ ਜਲਦੀ ਨਾ, ਆਪਾਂ ਡਾਕਟਰ ਕੋਲ ਜਾਣਾ ਹੈ, ਠੀਕ ਹੈ? ਹਾਂਜੀ, ਫਿਰ ਮੈਡੀਸਿਨ ਲੈ ਕੇ ਆਉਣੀ ਹੈ ਨਾ। ਹਾਂ ਕੀ ਹੋਇਆ, ਸਲੀਪਰ ਪੈ ਤਾਂ ਗਈ ਹੈ,
ਆ ਜਾ ਦੀਦੀ। ਹਾਂ ਕੀ ਹਾਲਤ ਬਣਾ ਕੇ ਰੱਖਤੀ ਆ। ਨਿਆਣੇ ਨੂੰ ਕਿਤੇ ਅਕਲ ਨਹੀਂ ਦੇਣੀ। ਚਲੋ ਆ ਜਾਓ ਦੀਦੀ, ਡਾਕਟਰ ਨਾ ਚੱਲ ਜਾ ਬਸ ਹੁਣ। ਆਹੋ ਇਹ ਤਾਂ ਆ। ਸਿਰ ਨੇ ਕੀ ਖਾਣਾ ਮਾਰ ਕੀਤਾ, ਲੈਣਾ ਕੁਝ? ਚਲੋ ਹਜੇ ਕਿੱਥੇ ਗਈ ਹੋਣੀ ਡਾਕਟਰ, ਹਜੇ ਬੈਠੀ ਹੋਣੀ ਹੈ। ਸਵੇਰ ਸਵੇਰੇ ਕਿੱਥੋਂ ਪਹੁੰਚ ਜਾਂਦੀ ਹੈ। ਫਿਸ਼ ਹੋ ਗਈ ਸੀ। ਚਲੋ ਠੀਕ ਆ, ਹੁਣ ਹੀ ਆਪਾਂ ਕੁਝ ਖਾਣੀ। ਕੈਂਡ ਖਾਣੀ ਔਰ ਕੈਂਡੀ ਖਾਣੀ। ਕੀ ਹੈ ਯਾਰ ਤੇਜਿੰਦਰ, ਕੀ ਹੋ ਗਿਆ? ਮੈਂ ਰਿਪੋਰਟ ਸਬਮਿਟ ਕਰਾਉਣ ਗਿਆ ਸੀ ਸਰ ਨੂੰ, ਸਾਰੀ ਰਿਪੋਰਟ ਗਲਤ ਬਣਾਈ ਆ ਤੂੰ। ਤੈਨੂੰ ਪਤਾ ਵੀ ਹੈ ਕਿ ਲਾਸਟ ਡੇਟ ਹੀ ਅੱਜ। ਯਾਰ ਅੱਜ ਸਵੇਰ ਤਾਂ ਮੇਰਾ ਦਿਮਾਗ ਹੀ ਟਿਕਾਣੇ ਨਹੀਂ ਆ। ਯਾਰ ਮੰਨਿਆ ਤੇਰੀ ਕੋਈ ਘਰ ਦੀ ਟੈਨਸ਼ਨ ਹੋਊਗੀ, ਪਰ ਘਰ ਦੀਆਂ ਟੈਨਸ਼ਨਾਂ ਘਰੇ ਛੱਡ ਗਿਆ ਯਾਰ ਤੇਰੇ ਕਰਕੇ। ਯਾਰ ਹੁਣ ਮੈਨੂੰ ਵੀ ਗੱਲਾਂ ਸੁਣਨੀਆਂ ਪਈਆਂ ਸਰ ਕੋਲ। ਯਾਰ ਮੈਂ ਕੀ ਕਰਾਂ ਹੁਣ, ਘਰ ਕੋਈ ਨਿੱਕੀ ਜਿਹੀ ਗੱਲ ਹੁੰਦੀ ਆ, ਚੁੱਕ ਕੇ ਮੈਨੂੰ ਫੋਨ ਕਰ ਦਿੰਦੇ ਆ ਜਿੱਦਾਂ ਮੈਂ ਪ੍ਰਧਾਨ ਮੰਤਰੀ ਲੱਗਾ ਆ। ਬੰਦਾ ਘਰ ਦਾ ਮਸਲਾ ਘਰੇ ਰੱਖੇ, ਸ਼ਾਮਾਂ ਨੂੰ ਮੈਂ ਘਰ ਹੀ ਜਾਣਾ ਆ, ਵੇਟ ਥੋੜ੍ਹੀ ਕਰਨੀ ਆ। ਫਟਾਫਟ ਬਸ ਮੁੰਡੇ ਨੂੰ ਫੋਨ ਕਰ ਦਿਉ ਵੀ ਮੁੰਡੇ ਨੇ ਜਿੱਦਾਂ ਇੱਥੋਂ ਕੋਈ ਸ਼ਕਤੀ ਮਾਰ ਕੇ ਅਤੇ ਕਰ ਦੇਣਾ ਸਹੀ ਸਾਰਾ ਕੁਛ। ਘਰ ਦੀਆਂ ਟੈਨਸ਼ਨਾਂ ਹੈ ਹੀ ਹੈ, ਹੁਣ ਆਹ ਵੀ ਟੈਨਸ਼ਨ ਪੈ ਗਈ ਆ। ਚੱਲ ਕੋਈ ਨਹੀਂ ਯਾਰ, ਲੰਚ ਟਾਈਮ ਹੋਣ ਵਾਲਾ ਵਾ, ਤੇਰੇ ਕੋਲ ਘੰਟਾ ਹੈਗਾ ਇੱਕ, ਅਤੇ ਇੱਕ ਘੰਟੇ 'ਚ ਜੇ ਆ ਹੁੰਦੀ ਆ ਠੀਕ ਤਾਂ ਕਰਦੇ ਇਹਨੂੰ। ਚੱਲ ਕਰਦਾ ਯਾਰ ਮੈਂ। ਆਹੋ ਫਿਰ ਸਾਰਾ ਐਵੇਂ ਬੋਲਣਗੇ।